ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਾਜਲ ਮਰਾਨੋ ਕਰਮੋਨਾ ਇਟਲੀ ਵਿਖੇ 25 ਅਗਸਤ ਦਿਨ ਐਤਵਾਰ ਨੂੰ ਅੰਮ੍ਰਿਤ ਸੰਚਾਰ ਹੋਇਆ, ਜਿਸ ਵਿੱਚ 52 ਪੁਰਾਣੇ ਗੁਰੂ ਵਾਲੇ ਬਣੇ। ਜਰਮਨੀ ਤੋਂ ਵੀ ਇੱਕ ਗੋਰੀ ਬੀਬੀ ਆਪਣੀ ਧੀ ਨਾਲ ਗੁਰੂ ਦੇ ਜਹਾਜ਼ 'ਤੇ ਚੜ੍ਹੇ ਅਤੇ ਹੋਰ ਵੀ ਸਿੱਖ ਪਰਿਵਾਰ ਪਹੁੰਚੇ। ਗੁਰੂ ਦੇ ਜਹਾਜ਼ 'ਤੇ ਚੜ੍ਹਨ ਵਾਲੇ ਪ੍ਰਾਣੀਆਂ ਨੂੰ ਦਮਦਮੀ ਟਕਸਾਲ ਇਟਲੀ ਅਤੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਵਧਾਈ ਦਿੱਤੀ ਗਈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।